ਤਾਂ ਸਾਰੇ ਪਟਿਆਲਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਜੀ ਵੱਧ ਤੋਂ ਵੱਧ ਵੋਟਾਂ 'ਚ ਪਾਓ। ਪੰਚਾਇਤ ਦੇ ਇਲੈਕਸ਼ਨਸ ਕਾਫੀ मुख मंत्री भगवंत सिंह मान की अगुवाई वाली पंजाब सरकार नौजवानों नू खेडा प्रति उत्साहित करने लई पब्बां पा रही है। यही कारण है कि पंजाब सरकार वालों जिथे अंतरराष्ट्रीय पद्धर दे मुकाबलियां दी तैयारी तक लई खिडारियों नू माली सहायता दी जा रही है, उत्थे ही नौजवानों नू मैदानां नाल जोड़न लई खेडा वतन पंजाब दियां सीजन 3 भी करवाया गया। खेडा वतन पंजाब दियां 2024 सीजन 3 दे ब्लॉक पदरी मुकाबलियां च फुटबॉल, कबड्डी, खो खो, एथलेटिक, वॉलीबॉल ते शूटिंग मुकाबले करवाए गए ने। ਗੋਲੇ ਦੇ ਵਿੱਚ ਸਾਡੇ ਪਲੇਅਰ ਨੇ, ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ, ਹੈ ਨਾ, ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ, ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ। ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੂਗੀ, ਔਰ ਜਿਨ੍ਹਾਂ ਨੂੰ ਨੌਕਰੀਆਂ ਵੀ, ਇਹਨਾਂ ਨੂੰ ਤਰੱਕੀਆਂ ਵੀ, ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲੀਆਂ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਕਿ ਹੁਣ ਮੈਨੂੰ ਕੀ ਮਿਲ ਜੂਗਾ, ਤਰੱਕੀਆਂ ਵੀ ਦੇਵਾਂਗਾ। ਸੀਜ਼ਨ 3 ਵਿੱਚ ਇਸ ਵਾਰ ਕੁੱਲ 37 ਵੱਖ-ਵੱਖ ਖੇਡਾਂ ਸ਼ਾਮਲ ਕੀਤੀਆਂ ਗਈਆਂ ਸਨ। ਇਹਨੇ ਨੇ ਇਸ ਵਾਰ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। ਵਧੀਆ ਤਰੀਕੇ ਨਾਲ ਚੱਲ ਰਹੇ ਹਨ, ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ, ਇੱਥੇ ਪੂਰਾ ਇੱਕ ਤਿਉਹਾਰ ਵਰਗਾ ਮਾਹੌਲ ਹੈ। ਤਾਂ ਵੱਧ ਤੋਂ ਵੱਧ ਤੁਸੀਂ ਵੋਟ ਪਾਓ ਸ਼ਾਂਤੀਮਈ ਤਰੀਕੇ ਨਾਲ। ਅੱਜ ਅਸੀਂ ਚੈੱਕ ਵੀ ਕਰ ਰਹੇ ਹਾਂ, ਸਾਡੀ ਫਲਾਇੰਗ ਸਕੁਐਡਸ, ਆਰਓਜ਼, ਐਸਡੀਐਮਸੀ, ਸਾਰੇ ਅਫਸਰ ਪੈਟਰੋਲ ਤੇ ਹੈਗੇ। ਕਿਸੇ ਨੂੰ ਕੋਈ ਦਿੱਕਤ ਲੱਗਦੀ ਹੈ, ਕੋਈ ਪਰੇਸ਼ਾਨੀ ਆਉਂਦੀ ਹੈ, ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ। ਅਤੇ ਇੰਤਜ਼ਾਮ ਸਾਰੇ ਪੂਰੇ ਹੈਗੇ, ਬਸ ਉਹਨੇ ਇਹੀ ਬੇਨਤੀ ਹੈਗੀ ਕਿ ਜੀ ਇਹਦੇ 'ਚ ਤੁਸੀਂ ਵੱਧ ਤੋਂ ਵੱਧ ਵੋਟ ਪਾਓ। ਇੱਕ ਤਾਂ ਸਾਰੇ ਪਟਿਆਲਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਜੀ ਵੱਧ ਤੋਂ ਵੱਧ ਵੋਟਾਂ 'ਚ ਪਾਓ। ਪੰਚਾਇਤ ਦੇ ਇਲੈਕਸ਼ਨਸ ਕਾਫੀ ਵਧੀਆ ਤਰੀਕੇ ਨਾਲ ਚੱਲ ਰਹੇ ਹਨ, ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ, ਇੱਥੇ ਪੂਰਾ ਇੱਕ ਤਿਉਹਾਰ ਵਰਗਾ ਮਾਹੌਲ ਹੈ। ਤਾਂ ਵੱਧ ਤੋਂ ਵੱਧ ਤੁਸੀਂ ਵੋਟ ਪਾਓ ਸ਼ਾਂਤੀਮਈ ਤਰੀਕੇ ਨਾਲ। ਅੱਜ ਅਸੀਂ ਚੈੱਕ ਵੀ ਕਰ ਰਹੇ ਹਾਂ, ਸਾਡੀ ਫਲਾਇੰਗ ਸਕੁਐਡਸ, ਆਰਓਜ਼, ਐਸਡੀਐਮਸੀ, ਸਾਰੇ ਅਫਸਰ ਪੈਟਰੋਲ ਤੇ ਹੈਗੇ। ਕਿਸੇ ਨੂੰ ਕੋਈ ਦਿੱਕਤ ਲੱਗਦੀ ਹੈ, ਕੋਈ ਪਰੇਸ਼ਾਨੀ ਆਉਂਦੀ ਹੈ, ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ। ਅਤੇ ਇੰਤਜ਼ਾਮ ਸਾਰੇ ਪੂਰੇ ਹੈਗੇ, ਬਸ ਉਹਨੇ ਇਹੀ ਬੇਨਤੀ ਹੈਗੀ ਕਿ ਜੀ ਇਹਦੇ 'ਚ ਤੁਸੀਂ ਵੱਧ ਤੋਂ ਵੱਧ ਵੋਟ ਪਾਓ। ਇੱਕ ਤਾਂ ਸਾਰੇ ਪਟਿਆਲਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਜੀ ਵੱਧ ਤੋਂ ਵੱਧ ਵੋਟਾਂ 'ਚ ਪਾਓ। ਪੰਚਾਇਤ ਦੇ ਇਲੈਕਸ਼ਨਸ ਕਾਫੀ ਵਧੀਆ ਤਰੀਕੇ ਨਾਲ ਚੱਲ ਰਹੇ ਹਨ, ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ, ਇੱਥੇ ਪੂਰਾ ਇੱਕ ਤਿਉਹਾਰ ਵਰਗਾ ਮਾਹੌਲ ਹੈ। ਤਾਂ ਵੱਧ ਤੋਂ ਵੱਧ ਤੁਸੀਂ ਵੋਟ ਪਾਓ ਸ਼ਾਂਤੀਮਈ ਤਰੀਕੇ ਨਾਲ। ਅੱਜ ਅਸੀਂ ਚੈੱਕ ਵੀ ਕਰ ਰਹੇ ਹਾਂ, ਸਾਡੀ ਫਲਾਇੰਗ ਸਕੁਐਡਸ, ਆਰਓਜ਼, ਐਸਡੀਐਮਸੀ, ਸਾਰੇ ਅਫਸਰ ਪੈਟਰੋਲ ਤੇ ਹੈਗੇ। ਕਿਸੇ ਨੂੰ ਕੋਈ ਦਿੱਕਤ ਲੱਗਦੀ ਹੈ, ਕੋਈ ਪਰੇਸ਼ਾਨੀ ਆਉਂਦੀ ਹੈ, ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ। ਅਤੇ ਇੰਤਜ਼ਾਮ ਸਾਰੇ ਪੂਰੇ ਹੈਗੇ, ਬਸ ਉਹਨੇ ਇਹੀ ਬੇਨਤੀ ਹੈਗੀ ਕਿ ਜੀ ਇਹਦੇ 'ਚ ਤੁਸੀਂ ਵੱਧ ਤੋਂ ਵੱਧ ਵੋਟ ਪਾਓ। ਇੱਕ ਤਾਂ ਸਾਰੇ ਪਟਿਆਲਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਜੀ ਵੱਧ ਤੋਂ ਵੱਧ ਵੋਟਾਂ 'ਚ ਪਾਓ। ਪੰਚਾਇਤ ਦੇ ਇਲੈਕਸ਼ਨਸ ਕਾਫੀ ਵਧੀਆ ਤਰੀਕੇ ਨਾਲ ਚੱਲ ਰਹੇ ਹਨ, ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ, ਇੱਥੇ ਪੂਰਾ ਇੱਕ ਤਿਉਹਾਰ ਵਰਗਾ ਮਾਹੌਲ ਹੈ। ਤਾਂ ਵੱਧ ਤੋਂ ਵੱਧ ਤੁਸੀਂ ਵੋਟ ਪਾਓ ਸ਼ਾਂਤੀਮਈ ਤਰੀਕੇ ਨਾਲ। ਅੱਜ ਅਸੀਂ ਚੈੱਕ ਵੀ ਕਰ ਰਹੇ ਹਾਂ, ਸਾਡੀ ਫਲਾਇੰਗ ਸਕੁਐਡਸ, ਆਰਓਜ਼, ਐਸਡੀਐਮਸੀ, ਸਾਰੇ ਅਫਸਰ ਪੈਟਰੋਲ ਤੇ ਹੈਗੇ। ਕਿਸੇ ਨੂੰ ਕੋਈ ਦਿੱਕਤ ਲੱਗਦੀ ਹੈ, ਕੋਈ ਪਰੇਸ਼ਾਨੀ ਆਉਂਦੀ ਹੈ, ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ। ਅਤੇ ਇੰਤਜ਼ਾਮ ਸਾਰੇ ਪੂਰੇ ਹੈਗੇ, ਬਸ ਉਹਨੇ ਇਹੀ ਬੇਨਤੀ ਹੈਗੀ ਕਿ ਜੀ ਇਹਦੇ 'ਚ ਤੁਸੀਂ ਵੱਧ ਤੋਂ ਵੱਧ ਵੋਟ ਪਾਓ। ਇੱਕ ਤਾਂ ਸਾਰੇ ਪਟਿਆਲਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਜੀ ਵੱਧ ਤੋਂ ਵੱਧ ਵੋਟਾਂ 'ਚ ਪਾਓ। ਪੰਚਾਇਤ ਦੇ ਇਲੈਕਸ਼ਨਸ ਕਾਫੀ ਵਧੀਆ ਤਰੀਕੇ ਨਾਲ ਚੱਲ ਰਹੇ ਹਨ, ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ, ਇੱਥੇ ਪੂਰਾ ਇੱਕ ਤਿਉਹਾਰ ਵਰਗਾ ਮਾਹੌਲ ਹੈ। ਤਾਂ ਵੱਧ ਤੋਂ ਵੱਧ ਤੁਸੀਂ ਵੋਟ ਪਾਓ ਸ਼ਾਂਤੀਮਈ ਤਰੀਕੇ ਨਾਲ। ਅੱਜ ਅਸੀਂ ਚੈੱਕ ਵੀ ਕਰ ਰਹੇ ਹਾਂ, ਸਾਡੀ ਫਲਾਇੰਗ ਸਕੁਐਡਸ, ਆਰਓਜ਼, ਐਸਡੀਐਮਸੀ, ਸਾਰੇ ਅਫਸਰ ਪੈਟਰੋਲ ਤੇ ਹੈਗੇ। ਕਿਸੇ ਨੂੰ ਕੋਈ ਦਿੱਕਤ ਲੱਗਦੀ ਹੈ, ਕੋਈ ਪਰੇਸ਼ਾਨੀ ਆਉਂਦੀ ਹੈ, ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ। ਅਤੇ ਇੰਤਜ਼ਾਮ ਸਾਰੇ ਪੂਰੇ ਹੈਗੇ, ਬਸ ਉਹਨੇ ਇਹੀ ਬੇਨਤੀ ਹੈਗੀ ਕਿ ਜੀ ਇਹਦੇ 'ਚ ਤੁਸੀਂ ਵੱਧ ਤੋਂ ਵੱਧ ਵੋਟ ਪਾਓ। ਦੈਨਿਕ ਸਵੇਰਾ ਅਤੇ ਫੋਕਸਵੈਗਨ 18, 19 ਅਤੇ 20 ਅਕਤੂਬਰ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਤੁਹਾਡੇ ਲਈ ਲੈ ਆਏ ਨੇ ਆਟੋ ਐਕਸਪੋ 2024, ਜਿਸ ਵਿੱਚ ਤੁਹਾਨੂੰ ਮਿਲਣਗੀਆਂ ਲਗਜ਼ਰੀ ਕਾਰਾਂ, ਬਾਈਕਸ, ਕਿਡ ਜ਼ੋਨ, ਆਕਰਸ਼ਕ ਤੋਹਫੇ, ਫੂਡ ਕੋਰਟ, ਲਾਈਵ ਪਰਫਾਰਮੈਂਸਿਸ, ਫ੍ਰੀ ਮਹਿੰਦੀ ਤੇ ਨੇਲ ਆਰਟ ਵੀ ਦੁਪਹਿਰ 12 ਤੋਂ 8 ਵਜੇ ਤੱਕ। ਪਹੁੰਚੋ ਜ਼ਰੂਰ ਆਟੋ ਐਕਸਪੋ 2024, ਐਸੋਸੀਏਟ ਸਪਾਂਸਰ ਅਡਾਨੀ ਗੈਸ, ਇੰਟਰਟੇਨਮੈਂਟ ਪਾਰਟਨਰ ਮਿਰਚੀ ਐਂਡ ਗਾਨਾ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।